ਇਕ ਜੰਬਾਈ ਸਿਕਾ ਨੇ 10000 ਆਰਕ ਜਈ ਅਫਰੀਦੀ ਪਠਾਨਾ ਦਾ ਮੁਕਾਬਲਾ ਕੀਤਾ ਸੀ ਤੇ ਉਸ ਦੇ ਸਬੰਧ ਅਸੀਂ ਹਰ ਸਾਲ ਉਹ ਦਿਨ ਬਣਾਉਣਾ ਸ਼ੁਰੂ ਕਰ ਦਿੱਤਾ ਅਖਬਾਰਾਂ ਚ ਆਰਟੀਕਲ ਸਿੱਕੇ ਨੂੰ ਹਾਈਲਾਈਟ ਪੇ ਲੇ ਪੰਜਾਬ ਚ ਕੀਤਾ 21 ਚੋਂ 19 ਪਰਿਵਾਰਾਂ ਨੂੰ ਅਸੀਂ ਲੱਭ ਲਿਆ ਸੀ ਹੁਣ ਤੇ 21 ਦੇ ਕੀ ਲੱਭ ਚੁੱਕੀ ਹੋਏ ਕਾਫੀ ਸਾਲ ਬੀਤ ਗਏ ਹੁਣ ਤੱਕरीबन ਪਿਛਲੇ 11 ਸਾਲ ਤੋਂ ਸਰਗੜੀ ਫਾਊਂਡੇਸ਼ਨ ਦੇ ਬ੍ਰਿਟਿਸ਼ ਆਰਮੀ ਦੀ ਕੋਲੈਬੋਰੇਸ਼ਨ ਕੰਟੀਨਿਊਸ ਚੱਲ ਰਹੀ ਹੈ ਉਹਨਾਂ ਦੇ 3 ਸਟਾਰ ਜਰਨਲ ਹਰ ਸਾਲ ਸਾਡੀ ਕੋ ਇੰਡੀਆ ਵਿਜ਼ਿਟ ਕਰਦੇ ਹਨ ਅਮਰੀਕਾੋਂ ਦੇ ਹਨ 2017 ਵਿੱਚ ਇੱਕ ਇਸਤੀ ਫਿਲਮ ਜੋ ਕਿ ਮੇਰੀ ਬੁੱਕ ਤੇ ਬੇਸਡ ਬਣੀ ਸੀ ਅਸ਼ੇ ਕੁਮਾਰ ਵਾਲੀ origignal battlefield pakistan afghanistan ਦੇ border ਦੇ ਉੱਪਰ ਹੈ ਕੀ ਹੈ ਪਹਿਲੇ peshawar ਦਾ ਫੇ ਕੋਹਾਟ ਹੰਗੂ ਤੋਂ 43 ਕਿਲੋਮੀਟਰ ਦੀ ਉਚਾਈ ਤੇ ਸਮਾਨਾ ਰੇਂਜ ਦੀ ਇੱਕ ਪਹਾੜੀ ਰਿਜ ਹੈਗੀ ਜੋ ਕਿ 8 ਮਾਈਲ ਲੰਬੀ ਹੈ ਤੇ ਦੋ ਵੱਡੇ ਕਿਲੇ ਤੇ ਪੰਜ ਪੋਸਟਾਂ ਸੀ ਉਸ ਜਗ੍ਹਾ ਤੇ ਜਾ ਕੇ ਜਿਸ ਜਗ੍ਹਾ ਤੇ 21 ਸਿੱਖਾਂ ਦਾ ਸੰਸਕਾਰ ਕੀਤਾ ਗਿਆ ਸੀ ਬਿਲਕੁਲ ਸਾਰਾ ਗੜੀ ਪੋਸਟ ਦੇ ਰਾਈਟ ਸਾਈਡ ਤੇ ਉਸ ਜਗ੍ਹਾ ਤੇ ਅਸੀਂ ਜਾ ਕੇ ਪਹਿਲੀ ਅਰਦਾਸ ਕੀਤੀ ਤੇ ਪਹਿਲੀ ਵਾਰੀ ਨਿਸ਼ਾਨ ਸਾਹਿਬ ਚਲਾਇਆ ਤੇ ਬਗਤ ਕੋ ਦੰਸੇ ਜੀ ਰਕਸ਼ਾ ਚਲਾ ਕੇ ਉਹ ਜਾਨਾ ਉੱਥੋਂ ਨਿਕਲਦੀ ਹੁੰਦੀ ਸੀ ਨਾਲ ਪਿੱਛੇ ਪਿਆਰਾ ਬੈਠ ਆਂਦਾ ਹੈ ਉੱਥੇ ਰੋਕ ਕੇ ਮੈਨੂੰ ਕਹਿੰਦੇ ਹੁੰਦੇ ਹੀ ਐ ਕਾਕਾ ਜੀ ਕਾਰਜ ਬੜਾ ਵਧੀਆ ਤੁਸੀਂ ਕੀਤਾ ਹੈ ਤੇ ਲਾਈਫ 'ਚ ਕੋਈ ਵੀ ਚੰਗਾ ਕੰਮ ਦੇਖਣਾ ਤੇ ਆਪੇ ਸ਼ੁਰੂ ਕਰ ਦੇਣਾ ਕਿਸੇ ਸੰਸਤਾ ਦੀ ਵੇਟ ਨਾ ਕਰਨਾ ਉਹਨੇ ਪੰਗਾਮ ਚਿੰਨਮਾ ਦੀ ਦਮ ਮਹੌਲ ਚੱਲ ਰਿਹਾ ਕਹਿੰਦੇ ਜੀ 크ਰਿਸਚੀਅਨਿਟੀ ਆ ਰਹੀ ਉਹਦਾ ਰੀਜ਼ਨ ਕੀ ਹੈ साइद्वार तो से पठानी दिन बजे सिखा जो दूर ऑप्शन मिले उ लालची मिले तो कन्वर्ट हो रहे गलतियाँ लेकिन आ, वो जो इतिहास है ए, दस हज़ार पठानों के साथ लड़ने वाला तो वो तो अपने आप में ही काबिल तारीफ है उसका तो कोई मुकाबला हो ही नहीं सकता उन्होंने मतलब इतने छोटे नंबर में होकर बेकम नंबर में होकर उन्होंने सोचा कि लाइक वी विल गो हैड ਸਵਾਗਤ ਹੈ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਅੱਜ ਅਸੀਂ ਸਿੱਖ ਇਤਿਹਾਸ ਦੀ ਉਸ ਲੜਾਈ ਦਾ ਜ਼ਿਕਰ ਕਰਾਂਗੇ ਜਿਹੜੀ ਕਿ ਅਸੀਂ ਦੇ ਵਿਸ਼ਵ ਦੀਆਂ ਜਿਹੜੀਆਂ 7-8 ਅਸੀਂ ਕਹਦੇ ਜੁੱਧ ਦੇ ਵਿੱਚੋਂ ਉਹਨਾਂ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਸਾਰਾ ਗੜੀ ਇਤਿਹਾਸ ਦੀ ਗੱਲ ਕਰੀਏ ਸਾੜਾ ਗੜੀ ਦੇ ਵਿੱਚ ਜਿਹੜਾ ਜੁੱਧ ਹੋਇਆ ਸੀ ਸਿਰਫ 21 ਸਿੱਖ ਸੀ ਜਿਨ੍ਹਾਂ ਨੇ ਹਜ਼ਾਰਾਂ ਦੀ ਗਿੰਦੀ ਚ ਫਗਾਨਾ ਨਾਲ ਲੋਹਾ ਲੈ ਕੇ ਕਿਲਾ ਫਤਿਹ ਕੀਤਾ ਸੀ ਸਾਡੇ ਨਾਲ ਅੱਜ ਗੁਰਿੰਦਰਪਾਲ ਸਿੰਘ ਜੋਸਨ ਹੈਗੇ ਜਿਹੜੇ ਕਿ ਪੰਜਾਬ ਦੇ ਜੰਪਲ ਹੈਗੇ ਨੇ ਪਰ ਇਸ ਸਮੇਂ ਵਿਦੇਸ਼ ਰਿੰਦੇ ਨੇ ਅਮਰੀਕਾ ਦੇ ਰਹਿਣ ਵਾਲੇ ਨੇ ਹੁਣ ਤੇ ਉਹਨਾਂ ਨੇ ਉਸ ਇਤਿਹਾਸ ਨੂੰ ਸੁਨਹਿਰੀ ਇਤਿਹਾਸ ਤੇ ਜਾ ਕੇ ਜਿਹੜਾ ਦੇਸ਼ ਕੇਸਰੀ ਝੰਡਾ ਵੀ ਲੜਾਇਆ ਤੇ ਜਿਹੜੇ ਉਹ ਬਹਾਦਰ ਸਿੱਖ ਸੀ ਉਹਨਾਂ ਨੂੰ ਸਨਮਾਨ ਵੀ ਕੀਤਾ ਸਭ ਤੋਂ ਪਹਿਲਾਂ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਸੀ ਬਹੁਤ ਵੱਡੀ ਗੱਲ ਹੈ ਅਸੀਂ ਸਾਰਾ ਗੱਡੀ ਜੋ ਗੱਲ ਹੁੰਦੀ ਤਾਂ ਸਿੱਖ ਇਤਿਹਾਸ ਦੀ ਜਿਹੜੀ ਵਿਸ਼ਾ ਦੀ ਲੜਾਈਆਂ ਚ ਵੱਡੀ ਲੜਾਈ ਮੰਨੀ ਜਾਂਦੀ ਹੈ ਪਹਿਲਾਂ ਤਾਂ ਸੀ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਤੁਸੀਂ ਅੰਮ੍ਰਿਤਸਰ ਰਹਿਣ ਵਾਲੇ ਹੁਣ ਤੁਸੀਂ ਅਮਰੀਕਾ ਰਹਿ ਰਹੇ ਹੋ ਹਾਂਜੀ ਜੀ ਜੀ ਹਾਂਜੀ ਮੈਂ ਅੰਮ੍ਰਿਤਸਰ ਦਾ ਜੰਪਲੈਂਡਰ ਵਾਰਸੇਫ ਦੀ ਕੋਲੀ ਸਦਾ ਕਰਾ ਮੇਰਾ ਕਨੈਕਸ਼ਨ ਬੰਨਿਆ ਸੀ ਸਾਰਾ ਗੜੀ ਦੇ ਨਾਲ ਇਸ ਕਰਕੇ ਕਿਉਂਕਿ ਇਹਦਾ ਹਿਸਟੋਰਿਕਲੀ ਕੋਈ ਗੁਰਦੁਆਰਾ ਬ੍ਰਿਟਿਸ਼ ਆਰਮੀ ਨੇ ਬਣਾਇਆ ਸੀ ਬੈਟਲ ਤੋਂ ਬਾਅਦ 1901 ਵਿੱਚ ਉਹ ਅੰਮ੍ਰਿਤਸਰ ਵਾਲਾ ਸੀ ਫਿਰੋਜ਼ਪੁਰ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਉਹ ਪਾਈਨਿਆ ਰ ਖਬਰ ਇਲਾਵਾਦ ਨਹੀਂ ਚੰਦਾ ਇਕੱਠਾ ਕਰਕੇ ਬਣਾਇਆ ਇਸ ਕਰਕੇ ਉਸ ਨਾਲ ਅਟੈਚਮੈਂਟ ਹੋ ਗਈ ਇਹ ਹੋਲੀ ਲਈ ਐਸੀ ਇਸ ਨੂੰ ਸੋਚਿਆ ਵੀ ਵਰਲਡ ਫੇਮਸ ਬੈਟਲ ਹੈ ਇਕਿ ਜੰਬਾਈ ਸਿਕ ਨੇ 10000 ਔਰਕ ਜੈ ਅਫਰੀਦੀ ਪਠਾਨਾ ਦਾ ਮੁਕਾਬਲਾ ਕੀਤਾ ਸੀ ਤੇ ਉਸ ਦੇ ਸਬੰਧ ਅਸੀਂ ਹਰ ਸਾਲ ਉਹ ਦਿਨ ਬਣਾਉਣਾ ਸ਼ੁਰੂ ਕਰ ਦਿੱਤਾ ਅਖਬਾਰਾਂ ਚ ਆਰਟੀਕਲ ਸਿਲਕੇ ਨੂੰ ਹਾਈਲਾਈਟ ਪਈ ਪੰਜਾਬ ਚ ਕੀਤਾ ਫਿਰ ਸਿੱਖ ਵਿਦਵਾਨਾਂ ਨੇ 1995 96 CBS ਨੂੰ ਲੈਟਰਸ ਲਿਖੀਆਂ ਵੀ ਸੋ ਸਲਾਸਤਾਬ ਦੀ ਆ ਰਹੀ 100 ਈਅਰਸ 1997 ਤੇ ਕੁਛ ਕਰਨਾ ਚਾਹੀਦਾ ਵੱਡਾ ਪ੍ਰੋਗਰਾਮ ਫਿਰ ਉਹਨਾਂ ਨੇ ਮੇਰੀ ਡਿਊਟੀ ਲਾ ਦਿੱਤੀ ਫਿਰ ਪੂਰੇ ਪੰਜਾਬ ਸੂਸੀਕਮ ਕੇ ਇਕੀਆਂ ਚੋਂ 19 ਪਰਿਵਾਰਾਂ ਨੂੰ ਅਸੀਂ ਲੱਭ ਲਿਆ ਸੀ ਹੁਣ ਤੇ 21 ਦੇ ਕੀ ਲੱਭ ਚੁੱਕੀ ਹੋਏ ਕਾਫੀ ਸਾਲ ਬੀਤ ਗਏ ਇਸ ਨੂੰ ਫਿਰ ਵਰਲਡਵਾਈਡ ਪਛਾਣ ਵਾਸਤੇ ਅਸੀਂ ਇਹ ਕੋਸ਼ਿਸ਼ ਕੀਤੀ ਯੂਕੇ ਜਾ ਕੇ ਕਿਉਂਕਿ ਉਸ ਸਮੇਂ ਜਿਹੜਾ ਇਹਨਾਂ ਦਾ ਸ਼ਤੀ ਸਿੱਖ ਰੈਜੀਮੈਂਟ ਦਾ ਸੀਓ ਸੀ ਲੈਫਟੀਨੈਂਟ ਕਰਨਲ ਜੌਨ ਹਾਰਟਨ ਉਸਨੇ ਰਾਇਲ ਮਿਲਟਰੀ ਅਕੈਡਮੀ ਸੈਂਡਹਰਸ ਤੋਂ ਟ੍ਰੇਨਿੰਗ ਲਈ ਸੀ ਇਸ ਤਰ੍ਹਾਂ ਮਹੀਨਿਆਂ ਦੀ ਫਿਰ ਮੈਂ ਰਾਇਲ ਮਿਲਟਰੀ ਅਕੈਡਮੀ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਵਰਲਡ ਫੇਮਸ ਜਿਹੜੀ ਬੈਟਲ ਸੀ ਅਨਪੈਰਲਰ ਉਹ ਚ ਤੁਹਾਡੇ ਕੋਲੋਂ ਇੱਥੋਂ ਬੰਦਾ ਸਟੱਡੀ ਕਰਕੇ ਗਿਆ ਸੀ ਹੁਣ ਤੱਕरीबन ਪਿਛਲੇ 11 ਸਾਲ ਤੋਂ ਸਰਗਰੀ ਫਾਊਂਡੇਸ਼ਨ ਦੇ ਬ੍ਰਿਟਿਸ਼ ਆਰਮੀ ਦੀ ਕੋਲਾਬੋਰੇਸ਼ਨ ਕੰਟੀਨਿਊਸ ਚੱਲ ਰਹੀ ਹੈ ਉਹਨਾਂ ਦੇ 3 ਸਟਾਰ ਜਨਰਲ ਹਰ ਸਾਲ ਸਾਡੀ ਕੋ ਇੰਡੀਆ ਵਿਜ਼ਿਟ ਕਰਦੇ ਹਨ ਅਮਰੀਕਾੋਂ ਦੇ ਤੇ 2017 ਵਿੱਚ ਇੱਕ ਇਸਤਰੀ ਫਿਲਮ ਜੋ ਕਿ ਮੇਰੀ ਬੁੱਕ ਤੇ ਬੇਸਡ ਬਣੀ ਸੀ ਅਸ਼ੇ ਕੁਮਾਰ ਵਾਲੀ ਤੇ ਉਸ ਤੋਂ ਬਾਅਦ ਅਸੀਂ ਇਕਿਆਂ ਦੇ ਪੋਰਟਰੇਟ ਤਿਆਰ ਕੀਤੇ ਉਹਨਾਂ ਦੇ ਡਿਸੈਂਟੈਂਸ ਦੇ ਫੀਚਰਸ ਲੈ ਕੇ ਕਿਉਂਕਿ ਪਹਿਲੇ ਕਿਸੇ ਕੋਈ ਤਸਵੀਰ ਨਹੀਂ ਸੀ ਅਸੀਂ ਇਹ ਡੇਟ ਦੇ ਵਿੱਚ ਹੀ वर्ल्ड वाइड ਅਮਰੀਕਾ ਕੈਨੇਡਾ ਯੂਕੇ ਤੇ ਇੰਡੀਆ ਦੇ ਵਿੱਚ ਤੇ ਪਾਕਿਸਤਾਨ ਨੂੰ origignal battle field ਤੇ ਵੀ 55 ਗੈਲਰੀਜ਼ ਬਣਾ ਚੁੱਕੇ ਹਾਂ ਜੀ ਜੀ ਤੇ ਇਹ ਛੋਟਾ ਜਿਹਾ ਕਾਰਜ ਅਸੀਂ ਕੀਤਾ ਜੀ ਮਤੋਂ ਸਿੱਖ ਇਤਿਹਾਸ ਦੇ ਉਹਨਾਂ ਜਿਹੜੇ ਜਹਾਬਾਜ਼ ਉਹਨਾਂ ਦੀ ਤੁਸੀਂ ਜਿਹੜੇ 21 ਸੀ ਉਹਨਾਂ ਦੀ ਜਿਹੜੀਆਂ ਤਸਵੀਰਾਂ ਵੀ ਤੁਸੀਂ ਇਕੱਠੀਆਂ ਕੀਤੀਆਂ ਤੇ ਜਿੱਥੇ ਸਾਰਾ ਗੜੀ ਦੀ ਜੰਗ ਹੋਈ ਸੀ ਜੁੱਧ ਹੋਈ ਸੀ ਉਸ ਜਗ੍ਹਾ ਤੇ ਜਾ ਕੇ ਕੇਸੀ ਝੰਡਾ ਲਰایا ਹਾਂ ਜੀ ਕਿਉਂਕਿ ਬੈਟਲ ਤੋਂ ਪਹਿਲੀ ਇਹਨਾਂ ਦੀ ਕੋਈ ਤਸਵੀਰ ਨਹੀਂ ਸੀ ਅਸੀਂ ਉਹਨਾਂ ਦੇ ਫੀਚਰਸ ਫੈਮਲੀਆਂ ਦੇ ਲੈ ਕੇ ਪੋਰਟਰੇਟ ਤਿਆਰ ਕੀਤੇ ਜਿਹੜੇ ਇੱਕ ਹੀ ਉਹਨਾਂ ਦੇ ਨਾਲ ਬਿਲਕੁਲ ਮੈਚ ਕਰਦੇ ਉਸ ਤੋਂ ਬਾਅਦ 21 ਮੈਨੂੰ ਗਾਈਡ ਕਰਦੇ ਹੁਣ ਇਹ ਕਹਿ ਸਕਦੀ ਹਾਂ ਅਗਲਾ ਵਿਜਨ ਸੀ ਵੀ オリジナル ਬੈਟਲਫੀਲਡ ਨੂੰ ਸਮਾ ਲੈ ਜਾਏ オリジナル ਬੈਟਲਫੀਲਡ ਪਾਕਿਸਤਾਨ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰ ਹੈ ਕਿ ਹੈ ਪਹਿਲੇ ਪਸ਼ਾਵਰ ਹੰਦਾ ਫੇ ਕੋਹਾਟ ਹੰਗੂ ਤੋਂ 43 ਕਿਲੋਮੀਟਰ ਦੀ ਉਚਾਈ ਤੇ ਸਮਾਨਾ ਰੇਂਜ ਦੀ ਇੱਕ ਪਹਾੜੀ ਰੀਜ ਹੈ ਜੀ ਜੋ ਕਿ 8 ਮਾਈਲ ਲੰਬੀ ਹੈ ਉਸ ਜਗ੍ਹਾ ਦੇ ਉੱਪਰ ਦੋ ਵਡੇ ਕੇ ਲਈ ਦੇ ਪੰਜ ਪੋਸਟਾਂ ਸੀ ਉਸ ਜਗ੍ਹਾ ਤੇ ਜਾ ਕੇ ਜਿਸ ਜਗ੍ਹਾ ਤੇ 21 ਸਿੱਖਾਂ ਦਾ ਸੰਸਕਾਰ ਕੀਤਾ ਗਿਆ ਸੀ ਬਿਲਕੁਲ ਸਾਰਾ ਗੜੀ ਪੋਸਟ ਦੇ ਰਾਈਟ ਸਾਈਡ ਤੇ ਉਸ ਜਗ੍ਹਾ ਤੇ ਅਸੀਂ ਜਾ ਕੇ ਪਹਿਲੀ ਅਰਦਾਸ ਕੀਤੀ ਤੇ ਪਹਿਲੀ ਵਰੀ ਨਿਸ਼ਾਨ ਸੇਬ ਚੁਲਾਇਆ ਉਸ ਤੋਂ ਬਾਅਦ ਅਸੀਂ ਮਦਾਨੀ ਏਰੀਏ ਦੇ ਵਿੱਚ ਗੁਰਦਰਾ ਸਾਰਾ ਗੜੀ ਸਿੰਘ ਸਭਾ ਸਥਾਪਿਤ ਕਰ ਦਿੱਤਾ ਹੈ ਦੂਸਰੀ ਜਿਹੜੀ ਯਾਦਗਾਰ ਬਣੀ ਸੀ 1901 ਦੇ ਵਿੱਚ ਹੀ ਲੋਕਹੜ ਕਿਲੇ ਦੀ ਬੈਕ ਸਾਈਡ ਤੇ ਉਸ ਦੀ ਦੁਬਾਰਾ ਰਿਪੇਅਰ ਕਰਵਾ ਕੇ ਉੱਥੇ ਦੁਬਾਰਾ 21 ਸਿੱਖਾਂ ਦੇ ਨਾਮ ਲਗਾ ਦਿੱਤੇ ਹਨ ਮਤਲਬ ਤੁਸੀਂ ਤੁਹਾਡੇ ਜ਼ੈਨ ਚ ਇੰਨਾ ਮਤਲਬ ਸਿੱਖਾਂ ਪਤੀ ਪਿਆਰ ਚਲੋ ਤੁਸੀਂ ਵੀ ਇੱਕ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਹੋ ਪਰ ਫਿਰ ਵੀ ਇੱਕ ਜਜ਼ਬਾ ਹੁੰਦਾ ਕਿ ਅਸੀਂ ਉਹਨਾਂ ਤੱਕ ਪਹੁੰਚਣਾ ਇਹ ਕਿਵੇਂ ਪੈਦਾ ਹੋਇਆ ਏ ਭਗਤ ਪੂਰਨ ਸਿੰਘ ਜੀ ਨਾਲ ਮੇਰੀ ਪ੍ਰਾਤਨ ਦੋਸਤੀ ਸੀ ਅਸੀਂ ਤੇ ਜਦੋਂ ਮੈਂ ਸਾਰਾ ਗੜੀ ਗੁਰਦਾਰੇ ਅਸੀਂ ਸੇਵਾ ਸ਼ੁਰੂ ਕੀਤੀ ਉੱਥੇ ਸਭ ਕੁਝ ਤੇ ਭਗਤ ਪੂਰਨ ਸਿੰਘ ਜੀ ਰਖਸ਼ ਚਲਾ ਕੇ ਉਹ ਜਾਨਾ ਉੱਥੋਂ ਨਿਕਲਦੇ ਹੁੰਦੇ ਸੀ ਨਾਲ ਪਿੱਛੇ ਪਿਆਰਾ ਬੈਠ ਆਉਂਦਾ ਹੈ ਉੱਥੇ ਰੋਕੇ ਮੈਨੂੰ ਕਹਿੰਦੇ ਹੁੰਦੇ ਹੀ ਐ ਕਾਕਾ ਜੀ ਕਾਰਜ ਬੜਾ ਵਧੀਆ ਤੁਸੀਂ ਕੀਤਾ ਹੈ ਤੇ ਲਾਈਫ ਚ ਕੋਈ ਵੀ ਚੰਗਾ ਕੰਮ ਦੇਖਣਾ ਤੇ ਆਪੇ ਸ਼ੁਰੂ ਕਰ ਦੇਣਾ ਕਿਸੇ ਸੰਸਥਾ ਦੀ ਵੇਟ ਨਾ ਕਰਨਾ ਅੱਜ ਤੱਕ ਮੈਂ ਜਿੰਨੇ ਵੀ ਪ੍ਰੋਜੈਕਟ ਕੀਤੇ ਹਨ ਈਵਨ ਭਾਈ ਮਰਦਾਨਾ ਜੀ ਦੀ 18ਵੀਂ ਜਿਹੜੀ ਪੀੜੀ ਹੈ ਉਹਨਾਂ ਨੂੰ ਸੰਭਾਲਣਾ ਨਨਕਾਣਾ ਸਾਹਿਬ ਹਰ ਸਾਲ ਕੀਤਾ ਦਰਬਾਰਕਰੋਣੇ ਇਸੇ ਤਰ੍ਹਾਂ ਨਵਾਂ ਮੇਰਾ ਪ੍ਰੋਜੈਕਟ ਆ ਰਿਹਾ ਹੈ ਚਾਂਦਨੀ ਚੌਂਕ ਦੇ ਸ਼ਹੀਦ ਪੁਸਤਕ ਜੋ ਕਿ ਇਸ ਮਹੀਨੇ ਦਸੰਬਰ ਵਿੱਚ ਤਾਰਾ ਨੂੰ ਰਿਲੀਜ ਹੋਏਗੀ ਇਸ ਕੰਸਾ ਉਸ ਸਵੀਚ ਭਾਈ ਮਤੀ ਦਾ ਸਦੀ ਦਾ ਸਦੀ ਦਾ ਸੇ ਪੈਦੇ ਅਲਾ ਜੀ ਦੇ ਜਿੰਨਾ ਵੀ ਪੁਰਾਤਨ ਪੀੜੀ ਵੰਸ਼ਾਵਲੀ ਨਾਮ ਅਸੀਂ ਉਸ ਨੂੰ ਅੱਜ ਵੀ ਇਕੱਤਰ ਕੀਤਾ ਹੈ ਜੀ ਮਤਲਬ ਜੋ ਸਿੱਖ ਇਤਿਹਾਸ ਹੈਗਾ ਬਹੁਤ ਸਰਮੋਰ ਇਤਿਹਾਸ ਹੈਗਾ ਤੁਸੀਂ ਉਸ ਨੂੰ ਫੁੱਲਾਂ ਦੀ ਤਰ੍ਹਾਂ ਪਰੋ ਕੇ ਇਹ ਜਿਹੜਾ ਤੁਸੀਂ ਇੱਕ ਸੁਨੇਹਾ ਹੈਗਾ ਜਿਹੜੀ ਸਾਡੀ ਅੱਜ ਦੀ ਨੌਜਵਾਨ ਹੈਗੇ ਨੇ ਸਿੱਖੀ ਨਾਲ ਜੁੜਨ ਤੇ ਸਿੱਖ ਜਿਹੜਾ ਪ੍ਰਹਾਵਾ ਹੈਗਾ ਸਾਡਾ ਜਿਹੜਾ ਇੱਕ ਜਿਹੜਾ ਜਿੰਨੂੰ ਲੋਕ ਦੇਖਣ ਦੀ ਤਰਸਦੇ ਨੇ ਤੇ ਅਸੀਂ ਉਸ ਨੂੰ ਪ੍ਰਹਾਵੇ ਨੂੰ ਜਿਆਦਾ ਜਿਆਦਾ ਅਸੀਂ ਸੰਭਾਲ ਕਰੀਆ ਹਾਂ ਜੀ ਮੈਂ ਸ਼ੁਰੂ ਤੋਂ ਹੀ ਕੰਮ ਮੈਂ ਸੀ ਵੀ ਹਮ ਗੁਰੂ ਅਰਜਨ ਸਾਹਿਬ ਨੇ ਕਿਹਾ ਜਿੱਦਵਾਰੇ ਉਪਰੇ ਤਿੱਥੇ ਲਿਖੋ ਵਾ ਜਿਸ ਤਰਮ ਚਸੀਂ ਪੈਦਾ ਹੋਇਆ ਉਸ ਤਰਮ ਚ ਪੱਕੇ ਰਹੀਏ ਕੱਚੇ ਨਾ ਰਹੀਏ अचक जो पतिब चल रहा उसकी मैं बिल्कुल हमेशा निखेधी करता हूँ असी अमेरिका च जाके भी सिक्स इन अमेरिका संस्था बनाई है उत्तर केसरी दस्ताब सजा केसरी टी शर्ट प्राउड टू तो बी सिख पूरे आलओवर अमेरिका ज असा कराने मार्शल आर्ट दैंप लगाई दे, कैंप दे हैं। तो पिछले तकरीबन छब्बीस साल तो मैं न्यूयॉर्क सिटी मैराथन रेस भी दौड़ता हूँ तो यही कोशिश करीदा भी अपने धर्म से हमेशा पक्के रो कच्चापन नहीं चलता बिल्कुल क्योंकि एक ही सिंह भी उज प्रताप से जो चाली सिखा ਸੀ ਚਮਕੌਰ ਦੀ ਗੜੀ ਚ ਜੇ ਅਸੀਂ ਆਪਣੀ ਬਾਨੀ ਬਾਨੇ ਚ ਪਰਪੱਕ ਰਵਾਂਗੇ ਤਾਂ ਹੀ ਸਾਡੇ ਚ ਜੋਸ਼ੀਸ਼ ਤੇ ਤਾਕਤ ਆਏਗੀ ਤੇ ਫੇ ਕੱਲਾ ਹੀ ਸਵਾ ਲੱਖ ਨਾਲ ਲੜ ਸਕਦਾ ਹੈ ਬਿਲਕੁਲ ਅਸੀਂ ਹਮੇਸ਼ਾ ਸੁਣਦੇ ਨੇ ਨਾ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੌਮਾਂ ਹਮੇਸ਼ਾ ਲਈ ਖਤਮ ਹੋ ਜਾਂਦੀਆਂ ਨੇ ਠੀਕ ਬਿਲਕੁਲ ਇਸੇ ਤਰ੍ਹਾਂ ਤੁਸੀਂ ਦੇਖੋ ਦੁਨੀਆ ਦੀ ਸਭ ਤੋਂ ਛੋਟੀ ਕੌਮ ਹੈ ਸਾਡੇ ਤੋਂ ਵੀ ਨੈਕਸਟ ਹੈ ਜੀ ਪੰਜਵੇਂ ਨੰਬਰ ਦੀ ਨੇ 6ਵੇਂ ਨੰਬਰ ਦੀ ਯੂਹੂ ਦੀ ਕੌਮ ਹੈ ਪਰ ਉਹਨਾਂ ਦੇ ਬੱਚੇ-ਬੱਚੇ ਨੂੰ ਹੋਲੋਕਾਸਟ ਬਾਰੇ ਪਤਾ ਹੈ ਜੀ ਜੀ ਉਹ ਦੂਸਰਾ ਕੀ ਕਰਦੇ ਹੁਣ ਆਪਣੇ ਹਰ ਬੱਚੇ ਨੂੰ ਐਜੂਕੇਟ ਕਰਦੇ ਹੁਣ ਤਾਂ ਉਹਨਾਂ ਨੇ ਵਰਲਡ ਦੀ ਇਕਨੋਮੀ ਨੂੰ ਕੰਟਰੋਲ ਕੀਤਾ ਅਮਰੀਕਾ ਚੱਲ ਰਿਹਾ ਡਿਵਰਟੀਆ ਯੂਨੀਵਰਸਿਟੀਆਂ ਹਸਪੀਟਲ ਉਹਨਾਂ ਦੇ ਹਨ ਜੀ ਤੇ ਸਾਡੇ ਸਿੱਖ ਆਪਾਂ ਚੀ ਕੱਠ ਨਹੀਂ ਹੋ ਸਕਦੇ ਬਿਲਕੁਲ ਇਹ ਕਹਿੰਦੇ ਜੀ ਅਸੀਂ ਆਪਣੇ ਏਰੀਏ ਜਿੱਦਾ ਮਹਾਰਾਜਾ ਰਣਜੀਤ ਸਿੰਘ ਸੀ ਉਦਾਂ ਦੀ ਇੱਕ ਚੀਜ਼ ਫੇਰ ਸੰਭਾਲਿਆਣਾ ਇੱਕ ਗੁਰਦੁਆਰੇ ਦਾ ਪ੍ਰਬੰਧ ਨਹੀਂ ਸੰਭਾਲ ਸਕਦੇ ਤੇ ਇਹ ਕੀ ਕਰ ਲੈਣਗੇ ਕੋਈ ਬਿਲਕੁਲ ਇਹਨਾਂ ਨੂੰ ਚਾਹੀਦਾ ਇਕੱਠੇ ਹੋ ਕੇ ਬੈਠਣ ਇੱਕ ਦੂਜੇ ਦਾ ਸਾਥ ਦੇਣਾ ਕਿ ਲੈਗ ਪੁਲਿੰਗ ਕਰਨ ਬਿਲਕੁਲ ਅਸੀਂ ਅੱਜ ਪੰਜਾਬ ਵਿੱਚ ਹੀ ਗੱਲ ਕਰੀ ਤਾਂ ਕਈ ਖਬਰਾਂ ਅਜਹੀਆਂ ਸਾਹਮਣੇ ਆਉਂਦੀਆਂ ਨੇ ਚਾਹੇ ਉਹ ਗੁਰਦੁਆਰੇ ਨੂੰ ਲੈ ਕੇ ਹੋਣਾ ਇੱਕ ਪਿੰਡ ਵਿੱਚ ਜਾਤਾਂ ਮੁਤਾਬਕ ਗੁਰਦੁਆਰੇ ਬਣੇ ਹੋਏ ਨੇ ਜਾਤਾਂ ਮੁਤਾਬਕ ਅਸੀਂ ਕਹਦੇ ਹ ਸ਼ਮਸ਼ਾਨ ਘਟ ਬਣੇ ਹੋਏ ਨੇ ਸਾਡੇ ਗੁਰੂਆਂ ਨੇ ਸਮਝਾ ਕੇ ਗਏ ਸੀ ਸਭ ਕੇ ਮਾਲਕ ਇੱਕ ਅਸੀਂ ਉਹ ਰਾਤ ਤੁਰ ਰਹੇ ਅਸੀਂ ਕਿਹੜੇ ਰਸਤੇ 'ਚ ਤੁਰ ਰਹੇ ਹਾਂ ਜੀ ਇਹ ਬਿਲਕੁਲ ਟੋਟ ਲੀਗਲ ਤੇ ਗੁਰਨਾਨਕ ਸਾਹਿਬ ਨੇ ਸੱਚ ਸਿਰਫ ਸਾਂਜੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਜਿੱਦੋਂ ਬੇਈ ਨਦੀ ਤੋਂ ਬਾਹਰ ਆਏ ਸੀ ਉਹਨਾਂ ਨੇ ਉਦਾਂ ਹੀ ਕਹਿ ਨਾ ਕੋਈ Hindu ਨਾ ਕੋਈ Musalman ਵੀਰ ਅੱਬ ਦੇ ਉੱਪਰ ਉਹਦਾ ਨਾਮ ਿਕੋ ਪਰ ਜਹਾਂ ਦੇ ਰਸਤੇ ਵੱਖਰੇ ਵੱਖਰੇ ਤੇ ਕੋਈ ਧਰਮ ਜਾਤ ਵਾਦ ਕੁਛ ਨਹੀਂ ਹੈ ਜੀ ਜੀ ਤੇ ਸਾਨੂੰ ਸਭ ਨੂੰ ਰਲ ਮਿਲ ਕੇ ਇਕੱਠੇ ਰਹਿਣਾ ਚਾਹੀਦਾ ਪਰ ਇਹ ਬਰੀ ਗਲਤ ਗੱਲ ਹੈ ਕਿ ਪਿੰਡਾਂ ਵਿੱਚ ਜਟਾਂ ਦੇ ਪਾਪਿਆਂ ਦੇ ਸਾਰੇ ਬਖਰੀ ਬਖਰੀ ਇਬਰਤਰੀਆਂ ਦੇ ਬਖਰੀ ਬਖਰੀ ਗੁਰਦਾਰੀਆਂ ਹਨ ਇੱਕ ਗੁਰਦਰੀ ਦੂਸਰੀ ਨੂੰ ਜਾਣਦੇ ਨੇ ਉਹਨੇ ਪੰਜਾਬ 'ਚ ਨਵਾਂ ਜਿਹੜਾ ਮਾਹੌਲ ਚੱਲ ਰਿਹਾ ਕਹਿੰਦੇ ਜੀ 크ਰਿਸਚੀਅਨਿਟੀ ਆ ਰਹੀ ਪੁਰਾ ਰੀਜ਼ਨ ਕੀ ਹੈ ਸਾਡੀ ਗੁਰਦੁਆਰਿਆਂ ਸਿੱ ਤੁਸੀਂ ਵਡਾਂ ਨੀਂਦ ਦੇ ਵਿੱਚ ਵੀ ਸਿੱਖਾਂ ਨੂੰ ਤੇ ਉਹ ਜਦੋਂ ਦੂਰ ਜਾਣਗੇ ਉਹਨਾਂ ਨੂੰ ਆਪਸ਼ਨ ਮਿਲਿਆ ਉਧਰ ਦੇ ਪਾਸੇ ਉਧਰ ਉਹ ਥੋੜਾ ਲਾਲਚ ਹੀ ਮਿਲਿਆ ਤੇ ਉਹ ਸਾਰੇ ਉਧਰ ਕਨਵਰਟ ਹੋ ਰਹੇ ਇਹ ਗਲਤੀਆਂ ਆਪਣੀਆਂ ਹਨ ਸਾਡੀ ਪ੍ਰਚਾਰ ਦੀ ਕਮੀ ਹੈ ਇਹੀ ਗੱਲ ਭਗਤਪੁਰਨ ਸਿੰਘ ਜੀ ਕਹਿੰਦੇ ਹੁੰਦੇ ਹਰ ਘਰ ਚ ਪ੍ਰਚਾਰ ਹੋਣਾ ਚਾਹੀਦਾ ਹੈ ਨਾ ਕਿ ਦਿੱਲੀ ਕਮੇਟੀ ਜਾਂ ਐਸਪੀਸੀ ਦੀ ਡਿਊਟੀ ਹੈ ਘਰ ਘਰ ਦੇ ਵਿੱਚ ਆਪਣਾ ਪ੍ਰਚਾਰ ਕਰੋ ਸਿੱਖਿਆਤ ਸਤਿਅਗਦਾ ਬੜਾ ਲਾਇਬ੍ਰੇਰੀਆਂ ਨੇ ਜਰੂਰ ਤਾਂ ਹੀ ਤੁਹਾਡੇ ਬੱਚੇ ਸਹੀ ਰਸਤੇ ਤੇ ਜਾਣਗੇ ਬਿਲਕੁਲ ਮੈਡਮ ਹੀ ਹੈਗੇ ਨੇ ਡਵਾਈਜ਼ਰ ਹੈਗੇ ਮੈਮ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਕੁਝ ਗੱਲਾਂ ਜੀ ਤੁਸੀਂ ਵੀ ਬਾਹਰ ਤੋਂ ਮਤਲਬ ਪੰਜਾਬ ਦੇ ਇਤਿਹਾਸ ਵਾਸਤੇ ਅੱਜ ਇੱਥੇ ਪਹੁੰਚੇ ਹੋ ते... जी मैं यही कहूँगी कि सारागढ़ी फाउंडेशन जो है हमारी ये बहुत आगे सिख इट इज़ अबाउट सिखिज्म इट इज़ अबाउट डिफेंस आपको पता है जो सारागढ़ी के हमारे शहीद हुए हैं वो अपनी कमिटमेंट अपनी ड्यूटी करते हुए शहीद हुए हैं उन्होंने पीठ नहीं दिखाई हम उस टाइम ब्रिटिश के अंडर थे लेकिन उन्होंने ये नहीं सोचा कि हमारे पास एस्केप है हमारे पास ऑप्शन है ना लड़ने की लेकिन उन्होंने अपने लास्ट सांस लास्ट गोली तक जी जंग की और शहीद हो गए बिल्कुल लेकिन आ, वो जो इतिहास है दस हज़ार पठानों के साथ लड़ने वाला तो वो तो अपने आप में ही काबिल तारीफ़ है उसका तो कोई मुकाबला हो ही नहीं सकता उन्होंने मतलब इतने छोटे नंबर में होकर बेकम नंबर में होकर उन्होंने सोचा कि लाइक वी विल गो हैड ये जो सिखिज्म से हमें जो इंस्पिरेशन मिलती है जो हमारे अंदर इनबिल्ट ਇੱਕ ਸਿੱਖ ਹੋਣੇ ਦੇ ਕਾਰਨ ਐਂਡ ਇੱਕ ਡਿਫੈਂਸ ਦੇ ਸਾਥ ਜੁੜੇ ਹੋਣੇ ਦੇ ਕਾਰਨ ਇੱਕ ਇਸ ਵਿੱਚ ਦੇਸ਼ ਧਰਮ ਧਰਤੀ ਜੀ ਜੀ ਇਸ ਸਭ ਕੇ ਇਹ ਸਭ ਚੀਜ਼ੇ ਬਿਲਕੁਲ ਇੱਕ ਬਹੁਤ ਵੱਡਾ ਕਮਿਟਮੈਂਟ ਹੈ ਮਾਰੇ ਅੰਦਰ ਬਣਾ ਲਈ ਜੀ ਸਰ ਆਖਰੀ ਸੁਨੇਹਾ ਸਾਡੇ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਅਸੀਂ ਅਕਸਰ ਤੁਹਾਡੀਆਂ ਜਿਹੜੀਆਂ ਕਹਾਣੀਆਂ ਸੁਣਦੇ ਹਾਂ ਕਿਉਂਕਿ ਤੁਹਾਡੇ ਇੰਨੀ ਜਿਹੜੀ ਮੂਵੀ ਬਣੀ ਸੀ ਅਕਸ਼ੇ ਕੁਮਾਰ ਨੇ ਉਹਨਾਂ ਨੂੰ ਐਜ਼ ਐਕਟਰ ਉਹਨਾਂ ਨੂੰ ਨਿਭਾਇਆ ਕੀ ਸੁਨੇਹਾ ਕੀ ਹੈਗਾ ਪੰਜਾਬ ਲਈ ਤੇ ਦੇਸ਼ ਵਾਸੀਆਂ ਦੇ ਲਈ ਹਾਂਜੀ ਮੈਂ ਪਿੱਲੇ ਵੀ ਕਹਿ ਚੁੱਕਾ ਹਾਂ ਵੀ ਆਪਣੇ ਆਪ ਚ ਪੂਰਾ ਪੱਕੇ ਰੋ ਲੰਗਰ ਇਸ ਹੀ ਬੜੇ ਲਾ ਲਈਏ ਐਜੂਕੇਸ਼ਨ ਵਾਲ ਬਤੋ ਇਹਨਾਂ ਕਰੋ ਵੀ ਸਿਰਫ ਇਲੈਕਟ ਕਰਕੇ ਸਾਰੇ ਬਾਹਰ ਚਲ ਜਾਨੇ ਜੀ ਸਾਰਾ ਯੂਥ ਬਾਹਰ ਚਲ ਗਿਆ ਪੰਜਾਬ ਚ ਕੀ ਰਹਿ ਜੇਗਾ ਬਈਏ ਰਹਿ ਜਾਣਗੇ ਬਜ਼ੁਰਗਾਂ ਨੇ ਤੇ ਇੱਥੇ ਰਹਿਣਾ ਨਹੀਂ ਬਾਅਦ ਚ ਅਸੀਂ ਆਪਣੀਆਂ ਜੜਾਂ ਵੱਡ ਰਹੇ ਆ ਜਿੱਦੋਂ ਬਾਹਰ ਬੱਚੇ ਚੱਲ ਜਾਣਗੇ ਪਹਿਲੀ ਪੀੜੀ ਉੱਥੇ ਸੈੱਟ ਹੋਏਗੀ ਸੈਕੰਡ ਪੀੜੀ ਥਰਡ ਪੀੜੀ ਆ ਕੇ ਇੱਥੇ ਮਕਾਨ ਪ੍ਰਾਪਤੀਆਂ ਵੇਚਣ ਆਏਗੀ ਇੱਥੇ ਕੁਝ ਨਹੀਂ ਬਚਣਾ ਤੇ ਮੈਂ ਇਹੀ ਕਹਿਵਾਵਾਂਗਾ ਵੀ ਆਪਣੀ ਸਿੱਖੀ ਦੇ ਨਾਲ ਜਿਹੜੋ ਆਪਣੇ ਆਪ ਚ ਪੱਕੇ ਰਵੋ ਤੇ ਤੁਸੀਂ ਮੈਸੇਂ ਚੜਦੀ ਕਲਾ ਸ਼ੁਰੂ ਇੱਕ ਆਖਰੀ ਸਵਾਲ ਜਦੋਂ ਤੁਸੀਂ ਬਾਹਰ ਤੁਸੀਂ ਅੱਜ ਪੰਜਾਬ ਵਿੱਚ ਆਏ ਹੋ ਤਾਂ ਇੱਕ ਇੱਕ ਇਧਰੋਂ ਲੱਗਦਾ ਹੈ ਕਿ ਅੱਜ ਆਦੀ ਮਾਂ ਬੋਲੀ ਜਦ ਅੱਜ ਅਸੀਂ ਮਾਂ ਨੂੰ ਮਿਲਣ ਆਏ ਆ ਇਹ ਮਹਿਸੂਸ ਹੁੰਦਾ ਹੈ ਇਹ ਸ਼ੁਰੂ ਤੋਂ ਹੀ ਜਿਹੜੀ ਐਟੈਚਮੈਂਟ ਪੰਜਾਬ ਦੇ ਨਾਲ ਹੈਗੀ ਆ ਉਹ ਕਦੀ ਖਤਮ ਨਹੀਂ ਹੋ ਸਕਦੀ ਇੱਥੇ ਆਂਦਿਆਂ ਸਾਰੀ ਜਦੋਂ ਐਂਟਰੀ ਕਰੀਦਾ ਆਬ ਹਵਾਈ ਇਦਾਂ ਦੀਆ ਆਪਣਾਪਨ ਮਹਿਸੂਸ ਹੁੰਦਾ ਹੈ ਤੇ ਕੋਈ ਉਪਰਾਪਨ ਨਹੀਂ ਹੁੰਦਾ ਇੱਥੇ ਇਸ ਮਿੱਟੀ ਦਾ ਮੋਹ ਕਹਿ ਸਕਦੇ ਸੀ ਥੈਂਕ ਯੂ ਸੋ ਮੱਚ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਖਫਤ ਜੀ ਸੋ ਇਸੇ ਸਾਡੇ ਨਾਲ ਗ੍ਰਿੰਦਰ ਪਾਸਿੰਗ ਜੋਸਨ ਜੀ ਜਿਨ੍ਹਾਂ ਨੇ ਸਾਰਾ ਗੜੀ ਦੇ ਇਤਿਹਾਸ ਦੀਆਂ ਜੋ ਪੰਨਿਆਂ ਨੂੰ پروਇਆ ਫੁੱਲਾਂ 'ਚ پرو ਕੇ ਜਿਹੜੇ ਉਹਨਾਂ ਦੇ ਸੋਲਜਰ ਸੀ ਜਿਹੜੇ ਜਿਨ੍ਹਾਂ ਨੂੰ ਸਨਮਾਨ ਕੀਤਾ ਤੇ ਉਹਨਾਂ ਦੇ ਵੱਲੋਂ ਜੋ ਸਨੇਹਾ ਹੈਗਾ ਪੰਜਾਬ ਵਾਸੀਆਂ ਨੂੰ ਕਿ ਸਾਨੂੰ ਸਿੱਖੀਜ਼ਮ ਜਿਹੜੀ ਹੈਗੀ ਸਾਡੀ ਸਿੱਖੀ ਹੈਗੀ ਇਸ ਨੂੰ ਜਿਆਦਾ ਤੋਂ ਜਿਆਦਾ ਸਾਡੇ ਬੱਚਿਆਂ ਤੱਕ ਇਤਿਹਾਸ ਨੂੰ ਪਹੁੰਚਾਉਣਾ ਚਾਹੀਦਾ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ ਨਾ ਕਿ ਅਸੀਂ ਕਿਸੇ ਲੜਾਈਆਂ ਲੜ ਕੇ ਅਸੀਂ ਕਿਸੇ ਹੋਰ ਧਰਮ ਨਾਲ ਲੜਾਈਆਂ ਲੜਨ ਚ ਲੱਗੀ ਰਹੀਏ ਸਾਡਾ ਇਤਿਹਾਸ ਬਹੁਤ ਗੂੜਾ ਇਤਿਹਾਸ ਹੈਗਾ ਤੇ ਜਿਸ ਨੂੰ ਅਸੀਂ ਅੱਗੇ ਤੱਕ ਲੈ ਕੇ ਜਾਈਏ ਤੇ ਐਸਪੀਸੀ ਅਤੇ ਸਰਕਾਰਾਂ ਨੂੰ ਵੀ ਬੇਨਤੀ ਹੈਗੀ ਕਿ ਇਤਿਹਾਸ ਨੂੰ ਸਕੂਲਾਂ ਤੱਕ ਕਾਲਜਾਂ ਤੱਕ ਜਰੂਰ ਕਿਸੇ ਵੀ ਕਿਸੇ ਤਰੀਕੇ ਨਾਲ ਚਾਹੇ ਫਿਲਮ ਫਿਲਮਾਂ ਰਹੀ ਤੇ ਜਾਂ ਕਿਤਾਬਾਂ ਰਹੀ ਜਰੂਰ ਪੜਾਇਆ ਜਾਵੇ ਸੋ ਇਜਾਜ਼ਤ ਦਿਓ ਸੰਦੀਪ ਕੰਬੋਜ ਕੈਮਰਾ ਪਰਸਨ ਮੋਨ ਦੇ ਨਾਲ ਹਮਦਰਦ ਟੀਵੀ ਤੋਂ ਜੇਕਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦੀ ਕੋਈ ਸਟੋਰੀ ਬਣਾਉਣਾ ਚਾਹੁੰਦੇ ਹੋ ਤਾਂ ਹਮਦਰਦ ਟੀਵੀ ਦੇ ਨੰਬਰਾਂ ਤੇ ਸੰਪਰਕ ਕਰੋ ਦੋ ਛੀਰੂ ਹੈ 1416 433 6342 ਕੈਨੇਡਾ ਦਾ ਨੰਬਰ ਹੈ 9841 80582 ਇਹ ਭਾਰਤ ਦਾ ਨੰਬਰ ਹੈ